वाहे गुरु प्यारिया जियो मित्रा गोविंद
ਗੱਲ ਚਿਤ ਲਾਏ, ਚਿਤ ਲਾਏ ਚਰਨ ਕਮਲ ਚਿਤ ਲਾਏ, ਚਿਤ ਲਾ ਚਰਨ ਕਮਲ ਚਿਤ ਲਾਏ, ਜਲ ਥਲ ਪੂਰ ਰਹਿਆ ਬਨਵਾਰੀ, ਘਟ ਘਟ ਨਦਰ ਨਿਹਾਲੇ, ਘਟ ਘਟ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਸਾਧ ਸੰਗ ਭ੍ਰਮ ਜਾਲੇ, ਸਾਧ ਸੰਗ ਭ੍ਰਮ ਜਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਸਾਧ ਸੰਗ ਭ੍ਰਮ ਜਾਲੇ, ਸਾਧ ਸੰਗ ਭ੍ਰਮ ਜਾਲੇ, ਮਨ ਪਿਆਰਿਆ ਜਿਉ ਮਿੱਤਰਾ, ਗੋਬਿੰਦ ਨਾਮ ਸਮਾਲੇ, ਗੋਬਿੰਦ ਨਾਮ ਸਮਾਲੇ, ਮਨ ਪਿਆਰਿਆ ਜਿਉ ਮਿੱਤਰਾ, ਨਾਮ ਸਮਾਲੇ, ਗੋਬਿੰਦ ਨਾਮ ਸਮਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਨਿਭ ਹੈ ਤੇਰੇ ਨਾਲੇ, ਮਨ ਪਿਆਰਿਆ ਜੀ ਮਿੱਤਰਾ, ਗੋਬਿੰਦ ਨਾਮ ਸਮਾਲੇ, ਗੋਬਿੰਦ ਨਾਮ ਸਮਾਲੇ, ਮਨ ਪਿਆਰਿਆ ਜਿਉ ਮਿੱਤਰਾ, ਗੋਬਿੰਦ ਨਾਮ ਸਮਾਲੇ, ਗੋਬਿੰਦ ਨਾਮ ਸਮਾਲੇ, ਗੋਬਿੰਦ ਨਾਮ ਸਮਾਲੇ, ਦਮ ਦਮ ਸਦਾ ਸਮਾਲਦਾ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਦਮ ਸਦਾ ਸਮਾਲਦਾ, ਦਮ ਨਾ ਬਿਰਥਾ ਜਾਏ, 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 ਦਮ ਦਮ ਸਦਾ ਸਮਾਲਦਾ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਖਸਮੇ ਕਾ ਹੁਕਮ ਪਾਇਆ ਬਿਨ ਸਤਿਗੁਰ ਚੇਤੇ ਆਣਾ ਜਾਏ,
सतगुर चेते आना जाए सतगुर मिले अंतर रब रहे सदा रहे लिवलाए सतगुर मिले अंतर रब रहे सदा जीवन पदवी पाए जीवन पदवी पाए पौ बिरथा जाए दमना बिरथा
जाए दमना बिरथा जाए दम दम सदा सुहारदा दमना बिरथा जाए दमना बिरथा जाए दम दम सदा सुहारदा दमना बिरथा जाए दमना बिरथा जाए दमना बिरथा जाए तनवाखे गुरु साहिब दोहे कर जोड़ मांगो एक दाना साहिब तुठे पामा सास सास नानक आराधे आठ पहर गुण गावा दंडौत बंदन अनेक बार सर्व कला समरथ डोलन ते राखो प्रभु नानक दे कर हथ परम सम्मान योग जुगोह जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर हफ्तावारी विशेष गुरमत दीवान दी आप जी हाजरी भर रहे हो अमृत वेले तो हजूर दे प्रकाश तो लैके इस वेले तक गुरबाणी कीर्तन गुरमत विचारां आप जी ने सरवण कीतियां आओ आप जितने हजूर दे चरणा विच हाजिर हो गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह सतगुरु श्री गुरु नानक साहब जी दे ए अमृत बोल ने कि जिस इंसान ने अपने जीवन नू पवित्र पाक शुद्ध बनाना है जिसने अपनियां अंदर दियां औगणा ते बुराइयां दा खात्मा करने ਉਹ ਬਾਕੀ ਯਤਨ ਕਰਨ ਦੀ ਥਾਂ ਸਿਰਫ ਇੱਕੋ ਯਤਨ ਕਰ ਲਵੇ ਉਹ ਯਤਨ ਕੀ ਹੈ ਹਜ਼ੂਰ ਨੇ ਕਿਹਾ ਅਸਲ 'ਚ ਇੱਕ ਲਫ਼ਜ਼ ਹੈ ਵਡਿਆਈ ਦੂਸਰਾ ਲਫ਼ਜ਼ ਹੈ ਬੁਰਿਆਈ
ਗੁਰੂ ਨਾਨਕ ਸਾਹਿਬ ਜੀ ਦੇ ਮੁਤਾਬਕ ਜਿਤਨਾ ਕੋਈ ਆਪਣੇ ਗੁਰੂ ਦੀ ਵਡਿਆਈ ਕਰੇਗਾ ਸੱਚਮੁੱਚ ਨੇਕ ਨੀਤੀ ਨਾਲ, ਓਨੀ ਉਹਦੇ ਅੰਦਰ ਦੀ ਬੁਰਿਆਈ ਦਾ ਖਾਤਮਾ ਹੋਵੇਗਾ। ਫਿਰ ਸ਼ਬਦ ਸੁਣਿਓ, ਕਿਉਂਕਿ ਆਪ ਹਜ਼ੂਰ ਦਾ ਪੁਰਬ ਮਨਾਉਣ ਜਾ ਰਹੇ ਹੋ ਆਉਣ ਵਾਲੇ ਦਿਨਾਂ 'ਚ, ਜਿਤਨਾ ਕੋਈ ਨੇਕ ਨੀਤੀ, ਮੈਂ ਤਾਂ ਸ਼ਬਦ ਵਰਤਿਆ ਕਿਉਂਕਿ ਰੱਬ ਦਾ ਨਾਮ ਜ਼ਬਾਨ ਤੋਂ ਕਿਹਾ ਜਾਂਦਾ ਪਰ ਨੀਅਤਾਂ ਨੇਕ ਨਹੀਂ ਹੁੰਦੀਆਂ। ਉਹਨਾਂ ਨੂੰ ਬਾਬਾ ਜੀ ਨੇ ਬਾਣੀ ਵਿੱਚ ਵੀ ਸ਼ਬਦ ਵਰਤਿਆ, ਹਰ ਹਰ ਕਰੈ ਨਿਤ ਕਪਟ ਕਮਾਵੇਂ, ਖਿਰਦਾ ਸ਼ੁੱਧ ਨਾ ਹੋਈ। ਬਾਬਾ ਫਰੀਦ ਸਾਹਿਬ ਨੇ ਕਿਹਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮੁੱਖ ਹੋਰ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਨੀਅਤ ਨਾ ਸਾਫ ਨੇ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖ ਲਿਓ। ਨੀਅਤ ਰਾਸ ਕਰਕੇ ਬੰਦਾ ਤੁਰੇ। ਜਿਹੜੇ ਲੋਕ ਨੀਅਤ ਰਾਸ ਕਰਦੇ ਨੇ, ਦਰਿਆ ਉਹਨਾਂ ਦੇ ਰਸਤੇ ਛੱਡ ਜਾਂਦੇ ਆ। ਜਿਹੜੇ ਨੀਅਤ ਰਾਸ ਕਰਕੇ ਚੱਲਦੇ ਨੇ, ਉਹ ਪਹਾੜਾਂ ਨੂੰ ਚੀਰ ਕੇ ਨਿਕਲ ਜਾਂਦੇ ਨੇ। ਜਿਹੜੇ ਨੀਅਤ ਰਾਸ ਕਰਦੇ ਨੇ, ਉਹਨਾਂ ਦੇ ਸਰੀਰ ਇਸ ਫਰਸ਼ ਉੱਤੇ ਹੁੰਦੇ ਨੇ ਪਰ ਉਹਨਾਂ ਦੀਆਂ ਉਡਾਰੀਆਂ ਅਰਸ਼ਾਂ ਵਿੱਚ ਹੁੰਦੀਆਂ ਨੇ। ਸਭ ਤੋਂ ਪਹਿਲੀ ਬੇਨਤੀ ਕੀਤੀ, ਸੱਚ ਇਹ ਵੇ ਜੇ ਆਪਾਂ ਚਾਹੁੰਦੇ ਹਾਂ ਅੰਦਰ ਦੀ ਬੁਰਿਆਈ ਦਾ ਖਾਤਮਾ ਹੋਵੇ, ਜਿੰਨੀ ਕੋਈ ਗੁਰੂ ਦੀ ਵਡਿਆਈ ਕਰੇਗਾ ਓਨੀ ਉਹਦੇ ਅੰਦਰ ਦੀ ਬੁਰਿਆਈ ਖਤਮ ਹੋਵੇਗੀ। ਅਤੇ ਅਗਲੀ ਗੱਲ, ਜਿੰਨੀ ਗੁਰੂ ਦੀ ਵਡਿਆਈ ਹੋਵੇਗੀ, ਜਦੋਂ ਬੁਰਿਆਈ ਖਤਮ ਹੋ ਜਾਏਗੀ, ਵਡਿਆਈ ਸਿੱਖ ਦੇ ਵਿੱਚ ਪ੍ਰਵੇਸ਼ ਕਰ ਜਾਵੇਗੀ। ਅਸੀਂ ਹਜ਼ੂਰ ਦੀ ਇਹ ਪੌੜੀ ਪਿੱਛੇ ਵੀ ਮੈਂ ਅਰਜ਼ ਕਰਕੇ ਕੁਝ ਦਿਨ ਪਹਿਲਾਂ, ਆਸਾ ਕੀ ਵਾਰ ਦੀ ਇਹ ਪੌੜੀ ਹੈ, ਉਹ ਪੌੜੀ ਹੈ ਸਤਿਗੁਰ ਵੱਡਾ ਕਰ ਸਹਲਾਈਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਮੈਂ ਆਉਣਾ ਸਿਰਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕਿ ਆਪਣੇ ਗੁਰੂ ਨੂੰ ਵੱਡਾ ਕਰਕੇ ਸਲਾਹ, ਉਸ ਦੀ ਵਡਿਆਈ ਬਹੁਤ ਵੱਡੀ ਹੈ। ਇੱਥੇ ਇੱਕ ਬੇਨਤੀ ਦਾਸ ਕਰ ਦੇਵੇ, ਸਰਦਾਰ ਕਪੂਰ ਸਿੰਘ ਉਹਨਾਂ ਦੀ ਇੱਕ ਕਿਤਾਬ ਹੈ ਪੰਜਾਬੀ 'ਚ ਮਿਲਦੀ, ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ, ਬਹੁਤ ਸੋਹਣੀ ਪੜ੍ਹਨ ਵਾਲੀ ਹੈ। ਕਿਉਂਕਿ ਅਸੀਂ ਸਰਦਾਰ ਕਪੂਰ ਸਿੰਘ ਨੂੰ ਜਦੋਂ ਵਾਚਨੇ ਹਾਂ, ਅਸੀਂ ਸਿਆਸਤ ਦੇ ਝਰੋਖੇ 'ਚ ਉਹਨੂੰ ਜ਼ਿਆਦਾ ਜਾਣਦੇ ਹਾਂ, ਧਰਮ ਦੀ ਪਰਿਭਾਸ਼ਾ ਦੇ ਸੰਬੰਧ ਵਿੱਚ ਅਸੀਂ ਬਹੁਤ ਘੱਟ ਜਾਣਦੇ ਹਾਂ। ਜਦੋਂ ਧਰਮ ਦੀ ਵਿਆਖਿਆ ਕਰਦਾ, ਉਹਨਾਂ ਦੇ ਲੇਖ ਬੜੇ ਗਹਿਰੇ ਹਨ। ਉਸ ਵਿੱਚ ਉਹਨਾਂ ਨੇ ਗੱਲ ਕਹੀ, ਉਹ ਕਹਿੰਦੇ ਨੇ ਕਿ ਜਦੋਂ ਵੀ ਸਿੱਖ, ਅਤੇ ਅਸਲ 'ਚ ਉਹਨਾਂ ਨੇ ਲੇਖ ਲਿਖਿਆ ਸੀ ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖ ਦੇ ਸੰਬੰਧ ਵਿੱਚ। ਅਕਸਰ ਸਾਡੇ ਵਿਦਵਾਨ ਪੁਰਸ਼ ਜਦੋਂ ਗੁਰੂ ਲਫ਼ਜ਼ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ, ਇਹਦੇ ਅਰਥ ਆਮ ਮਾਮੂਲੀ ਜੇ ਕਰ ਜਾਂਦੇ ਨੇ, ਵੀ ਜਿਵੇਂ ਸੰਸਕ੍ਰਿਤ ਦਾ ਗ੍ਰੀ ਧਾਤੂ 'ਚੋਂ ਨਿਕਲਿਆ ਸ਼ਬਦ, ਉਹ ਗੁਰੂ ਦਾ ਅਰਥ ਉਸਤਾਦ ਕਰ ਜਾਂਦੇ ਆ, ਟੀਚਰ। ਅਕਸਰ ਸਾਡੇ ਜਦੋਂ ਚੱਲਦੇ ਆ ਸਕਰੀਨ, ਉਹਦੇ 'ਤੇ ਵੀ ਟੀਚਰ ਸ਼ਬਦ, ਮਾਸਟਰ ਸ਼ਬਦ ਵਰਤਿਆ ਹੁੰਦਾ, ਉਸਤਾਦ ਸ਼ਬਦ। ਉਹ ਕਹਿੰਦੇ ਸਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਲਫ਼ਜ਼ ਦੇ ਅਰਥ ਕਰਦੇ ਹਾਂ, ਕਦੀ ਕੇਵਲ ਉਹਨੂੰ ਉਸਤਾਦ ਟੀਚਰ ਦੇ ਰੂਪ 'ਚ ਮਤ ਕਰਨਾ। ਗੁਰੂ ਅਸਲ 'ਚ ਕੇਵਲ ਅਧਿਆਪਕ ਨਹੀਂ। ਉਹ ਕਹਿੰਦੇ ਸਨ, ਗੁਰੂ ਤਾਂ ਉਹ ਪਰਮ ਸੱਤਾ ਹੈ ਕਿ ਸੱਚ ਇਹ ਵੇ ਜਿਹਦੇ ਵਿੱਚ ਪਾਰ ਬ੍ਰਹਮ ਨੇ ਆਪਣੇ ਆਪ ਨੂੰ ਪ੍ਰਕਾਸ਼ਿਤ ਕੀਤਾ ਹੈ। ਗੱਲ ਬੜੀ ਸਮਝਣ ਵਾਲੀ। ਗੁਰੂ ਕੇਵਲ ਟੀਚਰ ਨਹੀਂ, ਗੁਰੂ ਦਰਅਸਲ ਉਹ ਪਰਮ ਸੱਤਾ ਹੈ ਜਿਹਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਆਪ ਨੂੰ ਪ੍ਰਕਾਸ਼ਿਤ ਕੀਤਾ ਹੈ। ਅਤੇ ਸੱਚ ਇਵੇ ਕਿ ਗੁਰੂ ਕੇਵਲ ਬੋਧਕ ਗਿਆਨ ਦਾ ਪ੍ਰਦਾਤਾ ਨਹੀਂ, ਗੁਰੂ ਉਹ ਪਰਮ ਸੱਤਾ ਹੈ ਜਿਹੜੀ ਮੁਰਦਿਆਂ ਨੂੰ ਜ਼ਿੰਦਗੀ ਬਖਸ਼ ਦਿੰਦੀ ਹੈ। ਗੁਰੂ ਉਹ ਪਰਮ ਸੱਤ ਹੈ ਕਿ ਜਿਹੜਾ ਸੱਚਮੁੱਚ ਬਿੱਖ ਨੂੰ ਅੰਮ੍ਰਿਤ ਦੇ ਵਿੱਚ ਬਦਲ ਦਿੰਦਾ। ਗੁਰੂ ਉਹ ਪਰਮ ਸੱਤ ਹੈ ਜਿਹੜਾ ਰੁਲਦੇ ਹੋਏ ਇੱਕ ਪੱਥਰ ਨੂੰ ਕੀਮਤੀ ਹੀਰਾ ਬਣਾ ਦਿੰਦਾ। ਗੁਰੂ ਕੇਵਲ ਟੀਚਰ ਨਹੀਂ, ਸੱਚ ਇਵੇ ਗੁਰੂ ਤਾਂ ਪਾਰ ਬ੍ਰਹਮ ਦਾ ਸਾਕਾਰ ਰੂਪ ਹੈ। ਇਦੋ ਵੱਡੀ ਵਡਿਆਈ ਵੇਖੋ, ਜਦੋਂ ਅਸੀਂ ਭੱਟਾਂ ਦੇ ਸਵਈਏ ਪੜ੍ਹਾਂਗੇ, ਬੜੀ ਸਪਸ਼ਟ ਗੱਲ ਹੋਵੇਗੀ, ਕਿਉਂਕਿ ਸਾਡੀ ਸੋਈ ਇੱਥੇ ਆ ਕੇ ਅਟਕ ਜਾਂਦੀ ਹੈ। ਜਦੋਂ ਅਸੀਂ ਇਹ ਪਵਿੱਤਰ ਬਚਨ ਪੜ੍ਹਦੇ ਹਾਂ, ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਰਨੰਗ, ਇਹ ਗੁਰੂ ਰਾਮਦਾਸ ਦੀ ਸਿਫਤ ਵਿੱਚ,
ਇਹਦੇ ਅਰਥ ਇਹ ਨੇ ਕਿ ਗੁਰੂ ਰਾਮਦਾਸ ਦੀ ਬੋਡੀ ਉਹਨਾਂ ਦੀ ਦੇਹ ਪ੍ਰਤੱਖ ਪਾਰ ਬ੍ਰਹਮ ਦਾ ਰੂਪ ਹੈ। ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਰਨੰਗ, ਉਹ ਜਿਹੜਾ ਆਦਿ ਤੋਂ ਸਭ ਨੂੰ ਰੋਜ਼ੀ ਦਿੰਦਾ ਪਿਆ ਹੈ। ਮੈਂ ਇਸ ਕੰਸੈਪਟ 'ਚ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ ਪਾਰ ਬ੍ਰਹਮ ਪਰਮੇਸ਼ਰ, ਦੂਜਾ ਆਪ ਜਦੋਂ ਪਾਠ ਕਰੋਗੇ ਦੂਜਾ ਸ਼ਬਦ ਆਵੇਗਾ ਗੁਰ ਪਰਮੇਸ਼ਰ, ਤੀਸਰਾ ਲਫਜ਼ ਅਸੀਂ ਪੜ੍ਹਨੇ ਹਾਂ ਸਿੱਖ, ਚੌਥਾ ਆਵੇਗਾ ਗੁਰ ਸਿੱਖ। ਪਾਰ ਬ੍ਰਹਮ ਪਰਮੇਸ਼ਵਰ ਨਿਰਾਕਾਰ ਹੈ, ਉਹਦਾ ਚੱਕਰ ਚਿੰਨ ਰੂਪ ਰੇਖ ਕੋਈ ਨਹੀਂ, ਪਰ ਉਹਦੀ ਹੋਂਦ ਦੀ ਮੌਜੂਦਗੀ ਹਰ ਥਾਂ 'ਤੇ ਵੇ। ਸੱਚ ਇਹ ਵੇ ਕਿ ਪਾਰ ਬ੍ਰਹਮ ਪਰਮੇਸ਼ਵਰ ਗੁਰਮਤ ਅਨੁਸਾਰ ਉਹ ਫਿਰ ਜਦੋਂ ਆਪਣੀ ਸਕਾਰਤਾ ਦੀ ਝਲਕ ਮਾਰਦਾ ਉਦੋਂ ਗੁਰੂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਫਿਰ ਵੀ ਬੇਨਤੀ ਕਰਾਂਗਾ ਗੁਰੂ ਨੂੰ ਵੀ ਕੇਵਲ ਅੱਖਰਾਂ ਤੱਕ ਸੀਮਿਤ ਮਤ ਕਰੀਓ, ਇਹ ਮੇਰੀ ਬੇਨਤੀ ਹੈ। ਇੱਕ ਪਾਸੇ ਅਸੀਂ ਕਹਿੰਦੇ ਅਸੀਂ ਗੁਰੂ ਦੇ ਚਰਨਾਂ 'ਚ ਬੈਠੇ ਹਾਂ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਦਾ ਵਜੂਦ ਕੇਵਲ ਇੱਕ ਢਾਂਚੇ ਤੱਕ ਸੀਮਿਤ ਨਹੀਂ, ਗੁਰੂ ਤਾਂ ਉਹ ਅਦ੍ਰਿਸ਼ਟ ਅਨੁਭਵੀ ਗਿਆਨ ਹੈ। ਸਿੱਖ ਸਰੀਰ ਛੱਡ ਜਾਏ ਤਾਂ ਗੁਰੂ ਉਹਦੇ ਨਾਲ ਵੀ ਅੱਗੇ ਜਾਂਦਾ ਹੈ। ਅਸੀਂ ਪੜ੍ਹਦੇ ਹਾਂ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਪਾਰ ਬ੍ਰਹਮ ਪਰਮੇਸ਼ੁਰ ਹੈ, ਉਹ ਸਰਕਾਰ ਰੂਪ ਹੋ ਕੇ ਜਦੋਂ ਝਲਕ ਦਿੰਦਾ ਉਹ ਗੁਰ ਪਰਮੇਸ਼ੁਰ ਹੁੰਦਾ। ਇਹੀ ਕਾਰਨ ਕਿ ਜਦੋਂ ਗੁਰ ਪਰਮੇਸ਼ੁਰ, ਫਿਰ ਮੈਂ ਸ਼ਬਦ ਵਰਤਾਂਗਾ, ਇੱਕ ਪਾਰ ਬ੍ਰਹਮ ਪਰਮੇਸ਼ੁਰ ਇੱਕ ਗੁਰ ਪਰਮੇਸ਼ੁਰ, ਇਉਂ ਕਹਿ ਲਓ ਪਾਰ ਬ੍ਰਹਮ ਪਰਮੇਸ਼ੁਰ ਦੇ ਨਾਲ ਵੀ ਗੁਰੂ ਅਭੇਦ ਹੈ ਅਤੇ ਸੰਸਾਰ ਦੇ ਵਿਲਕ ਦੇ ਜੀਵਾਂ ਵਿੱਚ ਵੀ ਹੈ। ਬਸ ਗੁਰੂ ਹੋਵੇ ਜਿਹੜਾ ਵਿਲਕਦਿਆਂ ਦੀ ਬਾਂਹ ਪਕੜ ਕੇ ਆਪਣੇ ਵਿੱਚੋਂ ਕੱਢ ਕੇ ਰੱਬ ਦੇ ਘਰ 'ਚ ਪ੍ਰਵਾਨ ਕਰਾ ਦਿੰਦਾ ਹੋਵੇ। ਗੁਰੂ ਉਹ ਪਰਮ ਸੱਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਗੁਰੂ ਕੇਵਲ ਟੀਚਰ ਨਹੀਂ, ਇਸੇ ਕਰਕੇ ਬਾਣੀ 'ਚ ਸ਼ਿਖਰ ਦੇ ਬੋਲ ਕਹੇ ਕਿ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾ ਹੀ ਭੇਦ। ਤਾਂ ਸ਼ਬਦ ਵਰਤਿਆ ਗੁਰ ਪਰਮੇਸ਼ਰ ਏਕੋ ਜਾਣ, ਜੋਤਿਸ ਭਾਵੈ ਸੋ ਪ੍ਰਵਾਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੀ ਫਿਰ ਸ਼ਬਦ ਵਰਤਿਆ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ। ਬਾਬਾ ਸੱਤਾ ਬਲਵੰਡ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਆ ਬੇਨਤੀ ਹੈ ਜਿਹੜਾ ਜਿਹਦਾ ਰੂਪ ਰੇਖ ਕੋਈ ਨਹੀਂ। ਫਿਰ ਇਹਨੂੰ ਧਿਆਨ ਨਾਲ ਸੁਣਿਓ, ਜੇ ਸਮੇਂ 'ਚ ਬੰਨ ਕਿਸੇ, ਕਿਉਂਕਿ ਜਿਹੜਾ ਪੁਰ ਮਨਾਨਾ ਜੋਤੀ ਜੋ ਅਤੇ ਸਾਰੇ ਸਮੇਂ ਦੀ ਖੇਡ, ਉਸ ਦਿਨ ਮੈਂ ਕਿਹਾ ਸੀ, ਪਰ ਚੇਤੇ ਰੱਖਿਓ ਗੁਰੂ ਸਮੇਂ ਦੇ ਅਧੀਨ ਨਹੀਂ ਹੁੰਦਾ, ਗੁਰੂ ਟਾਈਮ ਦੇ ਅਧੀਨ ਨਹੀਂ। ਅਸਲ 'ਚ ਉਹ ਕਾਲ ਵਿੱਚ ਵਰਤਦਾ ਹੋਇਆ, ਕਾਲ ਦਾ ਅਰਥ ਸੀ ਗੁਰਪੁਰਬ ਮਨਾਇਆ 1469 ਨੂੰ ਆਏ, 1549 ਨੂੰ ਗਏ, 1666 ਨੂੰ ਆਏ ਮਹਾਰਾਜ, 1708 ਨੂੰ। ਇਹ ਅਸਲ 'ਚ ਕਾਲ ਦੇ ਪਰਦੇ ਪਾੜ ਕੇ ਗੁਰੂ ਦੱਸਣ ਵਾਸਤੇ ਆਇਆ ਹੈ ਕਿ ਕਾਲ ਵਿੱਚ ਰਹਿੰਦਿਆਂ ਅਕਾਲ ਵਿੱਚ ਕਿਵੇਂ ਪਹੁੰਚਣਾ ਹੈ, ਸਮੇਂ ਵਿੱਚ ਰਹਿੰਦਿਆਂ ਸਮੇਂ ਨੂੰ ਕਿਵੇਂ ਨਿਕਲਣਾ ਹੈ। ਬੇਨਤੀ ਹੈ ਪਾਰ ਬ੍ਰਹਮ ਪਰਮੇਸ਼ਵਰ ਗੁਰ ਪਰਮੇਸ਼ਵਰ ਹੋ ਕੇ ਵਰਤਦਾ। ਅਤੇ ਅਗਲੀ ਬੇਨਤੀ ਮੈਂ ਕਰਾਂਗਾ, ਅਸਲ 'ਚ ਗੁਰੂ ਵਿੱਚ ਆਪ ਪਾਰ ਬ੍ਰਹਮ ਵਰਤਦਾ ਹੈ ਅਤੇ ਜਿਹੜਾ ਸਿੱਖ ਲਫਜ਼ ਹੈ। ਸਨਮਾਨਯੋਗ ਪ੍ਰਿੰਸੀਪਲ ਸਾਹਿਬ ਬੈਠੇ ਨੇ, ਮੈਂ ਇਹਨਾਂ ਦਾ ਬੱਚਾ ਹਾਂ। ਦੇਖੋ ਸਿੱਖ ਲਫਜ਼ ਅਸੀਂ ਸ਼ਿਸ਼ ਸਾਰੀ ਇਹ ਕਰਨੇ ਸੰਸਕ੍ਰਿਤ ਦੇ ਸ਼ਿਸ਼ ਲਫਜ਼ 'ਚੋਂ। ਮੈਂ ਉਸ ਦਿਨ ਉੱਥੇ ਕਾਲਜ ਵੀ ਕਿਹਾ, ਸਰਦਾਰ ਕਪੂਰ ਸਿੰਘ ਕਹਿੰਦੇ ਨਹੀਂ ਇਹਨੂੰ ਸ਼ਿਸ਼ ਨਾਲ ਮਤ ਜੋੜੋ। ਸਿੱਖ ਦਾ ਅਰਥ ਇਹ ਵੇ ਜਿਹਦੇ ਵਿੱਚੋਂ ਗੁਰੂ ਦੀਆਂ ਝਲਕਾਂ ਪੈਣ ਲੱਗ ਪੈਂਦੀਆਂ, ਜਿਹਦੇ ਵਿੱਚੋਂ ਸਤਿਗੁਰੂ ਝਲਕਾਰੇ ਮਾਰਦਾ। ਇਸੇ ਕਰਕੇ ਸਤਿਗੁਰੂ ਨੇ ਦਸਵੇਂ ਜਾਮੇ ਤਿੰਨਾਂ ਗੱਲਾਂ ਦੇ ਵਿੱਚ ਗੱਲ ਮੁਕਾ ਦਿੱਤੀ ਸੀ ਕਿ ਸਿੱਖੀ ਦਾ ਸਿਧਾਂਤ ਇਹ ਵੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਅਸਲ 'ਚ ਇਹਦੀ ਸ਼ੁਰੂਆਤ ਕਰੀਏ ਦੀਦਾਰ ਖਾਲਸੇ ਕੇ ਤੋਂ। ਫਿਰ ਸੁਣੋ, ਅਕਾਲ ਦੀ ਪੂਜਾ ਕਰਨੀ ਕੋਈ ਜਿਹਦਾ ਰੂਪ ਰੇ ਕੋਈ ਨਹੀਂ, ਨਿਰਗੁਣ ਦੀ ਪੂਜਾ ਕਰਨੀ ਛੋਟੀ ਜਿਹੀ ਗੱਲ ਹੈ। ਅਸਲ 'ਚ ਇੱਥੇ ਸ਼ਬਦ ਵਰਤਿਆ ਦੀਦਾਰ ਖਾਲਸੇ ਕਾ, ਜਿਹਨੂੰ ਖਾਲਸੇ ਦੇ ਦੀਦਾਰ ਵਿੱਚੋਂ ਸੱਚੀ ਮੁੱਚੀ ਗੁਰੂ ਦੇ ਸ਼ਬਦ ਦੀ ਝਲਕ ਪੈ ਗਈ। ਚੇਤੇ ਰੱਖੋ ਖਾਲਸੇ ਦੀ ਸੰਗਤ ਕਰਨ ਵਾਲਾ ਗੁਰੂ ਸ਼ਬਦ ਦਾ ਪੁਜਾਰੀ ਜ਼ਰੂਰ ਬਣੇਗਾ, ਖਾਲਸੇ ਦਾ ਦੀਦਾਰ ਕਰਨ ਵਾਲਾ ਸ਼ਬਦ ਦਾ ਪੁਜਾਰੀ ਬਣੇਗਾ। ਜਿਹਨੂੰ ਸ਼ਬਦ ਦੀ ਸੋਝੀ ਪੈ ਜਾਏਗੀ, ਸੱਚ ਇਹ ਵੇ ਕਿ ਉਹਨੂੰ ਸਮਝ ਪੈ ਜਾਏਗੀ ਕਿ ਅਕਾਲ ਦੀ ਪੂਜਾ ਕੀ ਹੈ। ਅਕਾਲ ਦੀ ਪੂਜਾ ਹੁਣ ਆਪਾਂ ਵੀ ਸਰਗੁਣ ਅਤੇ ਨਿਰਗੁਣ ਦੋਨੋਂ ਕਰਨੇ, ਆ ਚੌਰ ਸਾਹਿਬ ਹੋ ਰਹੀ ਹੈ ਸਰਗੁਣ ਰੂਪ 'ਚ,
ਹੱਥ ਜੋੜ ਕੇ ਖਲੋਨੇ ਆ, ਇੱਧਰ ਬਾਬਾ ਜੀ ਅਲ ਮੂੰਹ ਕਰੋ, ਤੇ ਗੁਰੂ ਤਾਂ ਕਹਿੰਦਾ ਜੈ ਜੈ ਪੇਖੂ ਤੈ ਹਜ਼ੂਰ ਦੂਰ ਕਤੋਂ ਨਾ ਜਾਏ। ਜਦੋਂ ਨਿਰਗੁਣ ਦੀ ਗੱਲ ਚੱਲੇਗੀ ਉਦੋਂ ਸਿੱਖ ਹਰ ਥਾਂ 'ਤੇ ਪਰਮਾਤਮਾ ਨੂੰ ਦੇਖਦਾ। ਇਹ ਵੀ ਇੱਕ ਸਰਗੁਣ ਦਾ ਪੱਖ ਹੈ ਜੀ ਸਾਡੇ ਲਈ, ਅਸੀਂ ਗੁਰੂ ਸਾਹਿਬ ਦੀ ਸੇਵਾ ਕਰਨੇ। ਹਜ਼ੂਰ ਨੇ ਕਿਹਾ ਕਿ ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ। ਅਸਲ 'ਚ ਜਿਹੜਾ ਮੈਂ ਸ਼ੁਰੂਆਤ ਤਾਂ ਕੀਤੀ ਕਿ ਜਿਸ ਬੰਦੇ ਨੂੰ ਕੁਛ ਵੀ ਪਤਾ ਨਹੀਂ, ਸਿੱਖ ਦੀ ਸੰਗਤ ਕਰਕੇ ਸਮਝ ਪੈਂਦੀ ਹੈ ਗੁਰੂ ਕੀ ਹੈ। ਇਸੇ ਕਰਕੇ ਅਸੀਂ ਅਰਦਾਸ 'ਚ ਰੋਜ਼ ਕਹਿੰਦੇ ਹਾਂ ਸਹੀ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਹੁਣ ਪਰਚਾ ਸ਼ਬਦ ਕਾ ਕੀ ਹੈ? ਚਲੋ ਪਰਚੇ ਦਾ ਅਰਥ ਢੇਰ ਲਾਉਣਾ ਵੀ ਹੈ, ਸੰਗ੍ਰਹਿ ਕਰਨਾ ਵੀ ਹੈ, ਪਰ ਜ਼ਿਆਦਾਤਰ ਗੁਰਮੁਖ ਵਿਦਵਾਨਾਂ ਨੇ ਪਰਚੇ ਦਾ ਅਰਥ ਕੀਤਾ ਪ੍ਰਿਚੇ, ਗਿਆਨ ਦਾ ਅਭਿਆਸ, ਸ਼ਬਦ ਦਾ ਅਭਿਆਸ। ਸਿੱਖ ਨੇ ਜਿਹੜਾ ਪ੍ਰਿਚਿਆ ਕਰਨਾ ਜਾਂ ਜਿਸ ਸਿੱਖ ਨੇ ਜਿਹੜਾ ਅਭਿਆਸ ਕਰਨਾ ਉਹ ਗੁਰੂ ਦੇ ਸ਼ਬਦ ਦਾ ਕਰਨਾ ਹੈ। ਅਤੇ ਇਹ ਵੀ ਬੇਨਤੀ ਕਰਾਂ, ਗ੍ਰੈਮਰ ਦੇ ਤੌਰ 'ਤੇ ਸ਼ਬਦ ਦੇ ਅਰਥ ਹੋਰ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦੇ ਅਰਥ ਬਹੁਤ ਨੇ। ਦਾਸ ਨੇ ਇੱਕ ਵਾਰ ਇਹ ਵੀ ਅਰਜ਼ ਕੀਤੀ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ 3 ਵਾਰੀ ਹੈਡਿੰਗ ਸ਼ਬਦ ਆਇਆ, ਬਾਕੀ ਸ਼ਬਦ ਨਹੀਂ ਕਿਤੇ ਹੈਡਿੰਗ ਆਇਆ। 6000 ਦੇ ਕਰੀਬ ਅਸੀਂ ਸ਼ਬਦ ਵਰਨੇ, ਕਰੀਬ ਕਹਿੰਦੇ ਵਿੱਚ ਸਾਰੇ ਸ਼ਲੋਕ ਸਭ ਕੁਝ ਪਾ ਕੇ, ਪਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਖੈਡਿੰਗ ਨਹੀਂ ਆਇਆ ਹਜ਼ਾਰਾਂ ਵਾਰੀ, ਸਿਰਫ 3 ਵਾਰੀ ਆਇਆ ਮਾਰੂ ਰਾਗ 'ਚ ਆਇਆ। ਜਦੋਂ ਮਾਰੂ ਰਾਗ ਪ੍ਰਾਰੰਭ ਹੁੰਦਾ ਅਤੇ ਸ਼ਲੋਕ ਆਉਂਦਾ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦਤੂਰ, ਪਹਿਲੀ ਵਾਰ ਉੱਥੇ ਸ਼ਬਦ ਸਰਲੇਖ ਹੁੰਦਾ, ਸੱਸਾ ਬੱਬਾ ਦੱਦਾ ਦੋ ਡੰਡੀਆਂ 'ਚ ਬੰਨਦੇ ਕਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ, ਪਹਿਲੀ ਵਾਰੀ ਸਰਲੇਖ ਉੱਥੇ ਆਇਆ। ਦੂਜੀ ਵਾਰੀ ਗੁਰੂ ਗ੍ਰੰਥ ਸਾਹਿਬ 'ਚ ਮਾਰੂ ਰਾਗ 'ਚ ਹੀ ਆਇਆ, ਉਹ ਹੈ ਸ਼ਬਦ ਸਖੀ ਸਖੇਲੀ ਗਰਭ ਗਹਿਲੀ ਸੁਣ ਸ਼ਹਿ ਕੀ ਇੱਕ ਬਾਤ ਸੁਹੇਲੀ, ਉੱਥੇ ਦੂਜੀ ਵਾਰੀ ਸਰਲੇਖ ਆਇਆ। ਤੀਸਰੀ ਵਾਰੀ ਗੁਰੂ ਗ੍ਰੰਥ ਸਾਹਿਬ 'ਚ ਮਾਰੂ ਰਾਗ 'ਚ ਹੀ ਆਇਆ ਕਬੀਰ ਮਾਰੂ ਕਾ ਸ਼ਬਦ, ਮਾਰੂ ਰਾਗ 'ਚ ਕਬੀਰ ਕਾ ਸ਼ਬਦ। ਮੈਂ ਇੱਕ ਬੇਨਤੀ ਕਰਾਂਗਾ ਕਿ ਅਸਲ 'ਚ ਜਿਹੜਾ ਸ਼ਬਦ ਦਾ ਪਰਿਚਿਆ ਹੈ, ਸ਼ਬਦ ਇੱਕ ਬੜਾ ਗਹਿਰਾ ਵਿਸ਼ਾ, ਜਿਹੜੇ ਇਸ਼ ਕਰਦੇ ਆ ਪੜ੍ਹਾਈ ਨਾਲ, ਕਿਉਂਕਿ ਅੱਜ ਸਾਡਾ ਲਿਟਰੇਚਰ ਸਿਰਫ ਫੇਸਬੁੱਕ ਹੀ, ਅਸਲੀਅਤ ਇਹ ਗ੍ਰੰਥਾਂ ਨੂੰ ਪੜ੍ਹਨ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ। ਮੈਨੂੰ ਯਾਦ ਹੈ ਪਿੱਛੇ ਜਿਹਾ ਇੱਕ ਡਾਕਟਰ ਸ਼ਾਇਦ ਕੰਗ ਸੀ ਗੁਲਜ਼ਾਰ ਸਿੰਘ, ਉਹਨੇ ਸ਼ਬਦ ਦੇ ਸੰਕਲਪ ਉੱਤੇ 600 ਪੇਜ ਦੀ ਕਿਤਾਬ ਲਿਖੀ, ਪੜ੍ਹਨ ਵਾਲੀ ਕਿਤਾਬ। ਇਹ ਸ਼ਬਦ ਕੀ ਚੀਜ਼ ਹੈ? ਅਸੀਂ ਪ੍ਰਿਚਿਆ ਸ਼ਬਦ ਦਾ ਲੈਣਾ। ਯਾਦ ਰੱਖੋ ਗੁਰੂ ਗ੍ਰੰਥ ਸਾਹਿਬ 'ਚ ਅੱਖਰੀ ਸ਼ਬਦ ਹੈ, ਪਰ ਇਹਨੂੰ ਕਿਸੇ ਸੰਪਰਦਾ ਨਾਲ ਮਤ ਜੋੜਿਓ। ਇਹ ਅੱਖਰੀ ਸ਼ਬਦ ਉਹ ਪਰਮ ਸ਼ਬਦ ਵੱਲ ਜਾਂਦਾ ਜਿਸ ਸ਼ਬਦ ਤੋਂ ਸਭ ਕੁਝ ਉਤਪਤ ਹੋਇਆ ਹੈ। ਉਹ ਤਾਂ ਅੱਖਰਾਂ 'ਚ ਆਉਂਦੇ ਹੀ ਕੋਈ ਨਹੀਂ, ਉਹਨੂੰ ਅੱਖਰਾਂ 'ਚ ਬੰਨ ਸਕਾਂਗੇ? ਫਿਰ ਅਰਜ਼ ਕਰਾਂਗਾ ਸ਼ਬਦ ਦਾ ਅਰਥ ਬਾਣੀ ਵੀ ਹੈ, ਸ਼ਬਦ ਦਾ ਅਰਥ ਨਾਮ ਵੀ ਹੈ, ਸ਼ਬਦ ਦਾ ਅਰਥ ਰੱਬ ਵੀ ਹੈ, ਸ਼ਬਦ ਦਾ ਅਰਥ ਹੁਕਮ ਵੀ ਹੈ, ਸ਼ਬਦ ਦਾ ਅਰਥ ਮੂੰਹ ਤੋਂ ਬੋਲਣਾ ਵੀ ਹੈ, ਤਿਨਕਾ ਸ਼ਬਦ ਸੱਚਾ ਸਵਾਰਿਆ ਮੁੱਖ ਦੇ ਬੋਲ ਵੀ। ਜਦੋਂ ਦੀਦਾਰ ਖਾਲਸੇ ਕਾ ਇਹ ਅਸਲ 'ਚ ਲੜੀ ਹੈ, ਅਕਾਲ ਹੈ ਉਹ ਸ਼ਬਦ ਰੂਪ 'ਚ ਵਰਤ ਰਿਹਾ ਹੈ। ਜਦੋਂ ਸ਼ਬਦ ਸਿੱਖ ਦੇ ਵਿੱਚੋਂ ਨਿਕਲਦਾ, ਚੇਤੇ ਰੱਖਿਓ ਸਿੱਖ ਦਾ ਜੀਵਨ ਲੰਘਦਿਆਂ ਨੂੰ ਵੀ ਸ਼ਬਦ ਵਾਲੇ ਪਾਸੇ ਖਿੱਚ ਕੇ ਲਿਆਉਂਦਾ। ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ, ਪਰਚੇ ਸ਼ਬਦ ਨਾਲ ਸਮਝ ਪੈਂਦੀ ਹੈ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਣ ਗੁਰ ਕੀ ਸੇਵਾ। ਪਰਚੇ ਸ਼ਬਦ ਦੇ ਨਾਲ ਸਮਝ ਪੈਂਦੀ ਹੈ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰਜੀਓ, ਭੁੱਲੀ ਮਾਲਣੀ ਆਇਓ ਸਤਿਗੁਰ ਜਾਗਤ ਹੈ ਦਿਓ। ਪਰਚੇ ਨਾਲ ਹੀ ਸ਼ਬਦ ਪੈਂਦੀ ਹੈ ਗ੍ਰਹਾਂ ਦੀ ਪੂਜਾ ਮਤ ਕਰ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਉਹ ਸਾਰੀ ਸ਼ਬਦ ਨਾਲ ਸਮਝ ਪੈਂਦੀ ਹੈ। ਫਿਰ ਬੇਨਤੀ ਕਰਾਂਗਾ ਅਕਾਲ ਦੀ ਪੂਜਾ, ਉਹ ਜੋ ਨਿਰਗੁਣ ਨਿਰਾਕਾਰ ਹੈ ਉਹ ਝਲਕ ਦਿੰਦਾ ਗੁਰੂ ਦੇ ਰੂਪ 'ਚ। ਅਤੇ ਸਿੱਖ ਦਾ ਅਰਥ ਇਹ ਤਾਂ ਹੈ ਵੀ ਸਿੱਖਣਾ, ਅਸਲ 'ਚ ਸਿੱਖ ਇਹ ਜਿਹਦੇ ਵਿੱਚ ਗੁਰੂ ਵਰਤਣ ਲੱਗ ਪੈਂਦਾ। ਐਵੇਂ ਮੇਰੇ ਤੇਰੇ ਲਈ ਨਹੀਂ ਕਿਹਾ ਕਿ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰ ਪਾਪੀ ਪੀ ਗਤ ਪਾਏ। ਮੈਂ ਸ਼ੁਰੂਆਤ ਕੀਤੀ ਇਸ ਗੱਲ ਤੋਂ ਕਿ ਜਿੰਨੀ ਕੋਈ ਗੁਰੂ ਦੀ ਵਡਿਆਈ ਕਰੇਗਾ ਸੱਚ ਜੇ ਕੁਦਰਤੀ ਤੌਰ 'ਤੇ ਉਹਦੀ ਬੁਰਿਆਈ ਖਤਮ ਹੋਈ ਜਾਏਗੀ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਜਗ੍ਹਾ ਲਿਖਿਆ ਸੀ, ਉਹ ਕਹਿੰਦਾ ਭਾਂਡਾ ਭਰਿਆ ਮਿੱਟੀ ਨਾਲ, ਉਹਦੀ ਤੈਅ ਮੰਨ ਲਓ ਪਰਾਤ ਚਾਟਾ ਗੁੰਨਿਆ ਧੂੜ ਪੈ ਗਈ, ਬਾਰਿਸ਼ ਮੋਹਲੇ ਤਾਰ ਹੋ ਰਹੀ ਹੈ, ਉਸ ਭਾਂਡੇ ਨੂੰ ਚੁੱਕ ਕੇ ਬਾਰਿਸ਼ 'ਚ ਰੱਖ ਦਿਓ
ਲਗਾਤਾਰ ਬਾਰਿਸ਼ ਹੋਵੇਗੀ ਅਤੇ ਇੰਨੇ ਕਈ ਵਾਰੀ ਮੋਟੇ ਛਿੱਟੇ ਪੈਂਦੇ ਨੇ, ਕਣੀਆਂ ਪੈਂਦੀਆਂ ਨੇ, ਉਹ ਪਰਾਤ 'ਤੇ ਵੱਜਦੀਆਂ ਨੇ, ਪਰਾਤ ਨੂੰ ਥੱਲਿਓ ਨਿਖਾਰੀ ਜਾਂਦੀਆਂ ਨੇ। ਜਿੰਨੀ ਬਾਰਿਸ਼ ਪਈ ਜਾਏਗੀ ਉਹਨਾਂ ਮੈਲਾਪਨ ਬਾਹਰ ਨਿਕਲੇਗਾ, ਨਿਰਮਲ ਪਾਣੀ ਵਿੱਚ ਟਿਕ ਜਾਏਗਾ। ਕਹਿੰਦੇ ਇਹ ਵੀ ਇੱਕ ਭਾਂਡਾ ਹੈ ਭਰਿਆ ਕਈ ਜਨਮਾਂ ਦਾ ਹੈ, ਜਿੰਨਾ ਤੇਰੇ ਅੰਦਰ ਗੁਰੂ ਦੀ ਸਿਫਤ ਦੇ ਸ਼ਬਦ ਦੇ ਬੋਲ ਗੱਜੀ ਜਾਣਗੇ ਓਨੀ ਤੇਰੀ ਬੁਰਿਆਈ ਆਪਣੇ ਆਪ ਬਾਹਰ ਨਿਕਲੀ ਜਾਏਗੀ। ਇਹ ਸ਼ਬਦ ਦੀ ਬਰਕਤ ਹੈ। ਮੈਂ ਅਰਜ਼ ਕੀਤੀ ਕਦੀ ਗੁਰੂ ਨੂੰ ਆਪਣੇ ਨੂੰ ਛੋਟਾ ਨਹੀਂ ਕਹਿਣਾ। ਚਲੋ ਆਪਾਂ ਗੁਰੂ ਗੋਬਿੰਦ ਸਿੰਘ ਜੀ ਤੱਕ ਮੈਂ ਸਿਰਫ ਸੰਖੇਪ ਜੀ ਜਿਹੜਾ ਦਿਨ ਮਨਾ ਰਹੇ। ਗੁਰੂ ਸਾਹਿਬ ਨੇ ਕਿਹਾ ਸਤਿਗੁਰ ਵੱਡਾ ਕਰ ਸਹਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ। ਉਹਦੀ ਸਮਝ ਤਾਂ ਪਈ ਜਦੋਂ ਪਰਮਾਤਮਾ ਨੇ ਗੁਰੂ ਨਾਲ ਮਿਲਾ ਦਿੱਤਾ। ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਫਿਰ ਸੁਣਿਓ ਵੱਡੀਆਂ ਵਡਿਆਈਆਂ, ਇੱਥੇ ਸ਼ਬਦ ਆ ਗਿਆ ਮਨ ਵਸਾਈਆਂ। ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਡਿਆਈ ਹੈ ਸੱਚ ਇਵੇਂ ਗੁਰਮੁਖੋ, ਉਹ ਵਡਿਆਈ ਕਰਦਿਆਂ ਕਰਦਿਆਂ ਸਿੱਖ ਦੇ ਅੰਦਰ ਪ੍ਰਵੇਸ਼ ਕਰਦੀ ਹੈ। ਇਹੀ ਕਾਰਨ ਕਿ ਗੁਰੂ ਦੇ ਚਰਨਾਂ ਦਾ ਜਿਹੜਾ ਵਿਸ਼ਾ ਉਹ ਕੇਵਲ ਧਰਤੀ ਤੱਕ ਸੀਮਿਤ ਨਹੀਂ। ਧਰਤੀ ਤੱਕ ਸੀਮਿਤ ਹੈ ਜੀ, ਜਦੋਂ ਅਸੀਂ ਪੜ੍ਹਦੇ ਹਾਂ ਸਾ ਧਰਤੀ ਪਈ ਖਰੇ ਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਜਾਂ ਅਸੀਂ ਸ਼ਬਦ ਪੜ੍ਹਦੇ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਜਾਂ ਅਸੀਂ ਪੜ੍ਹਦੇ ਹਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਪਰ ਬਾਬਾ ਜੀ ਨੇ ਤਾਂ ਇਹ ਵੀ ਕਿਹਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਕਹਿ ਜਿੱਥੇ ਮੇਰਾ ਗੁਰ ਧਰੈ ਵਿਖਾ। ਤਾਂ ਮੈਂ ਬੇਨਤੀ ਕਰਨਾ ਪਿਆਰਿਓ, ਬਾਹਰ ਦੇ ਚਰਨ ਬੜੇ ਸੌਖੇ ਜੇ ਮਹਾਰਾਜ ਨੂੰ ਘਰ ਲਿਜਾਣਾ, ਅੰਦਰ ਚਰਨ ਵਸਾਉਣ ਵਾਸਤੇ ਮਰਨਾ ਪੈਂਦਾ ਹੈ। ਅੰਦਰ ਤਾਂ ਵਾਸ਼ਨਾ ਵਸੀ ਪਈ, ਗਲ ਤੱਕ ਭਰਿਆ ਪਿਆ ਹੈ। ਫਿਰ ਅਰਜ਼ ਹੈ ਕਿ ਸਤਿਗੁਰੂ ਦੀ ਉਹ ਵਡਿਆਈ ਸਿੱਖ ਵਿੱਚ ਪ੍ਰਵੇਸ਼ ਕਰ ਜਾਂਦੀ। ਸਿੱਖ ਉਹ ਜਿਹਦੇ 'ਚ ਗੁਰੂ ਦਾ ਸ਼ਬਦ ਪ੍ਰਕਾਸ਼ਿਤ ਹੈ। ਸਤਿਗੁਰ ਵੱਡਾ ਕਰ ਸਹਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ। ਆਹੀ ਸ਼ਬਦ ਮੈਂ ਕਹਿਣਾ ਚਾਹੁੰਦਾ, ਵਡਿਆਈਆਂ ਹੀ ਬੁਰਿਆਈਆਂ ਨੂੰ ਮਾਰਦੀਆਂ ਨੇ, ਬੁਰਿਆਈਆਂ ਕਦੀ ਬੁਰਿਆਈਆਂ ਨਹੀਂ ਕੱਢਦੀਆਂ। ਦੇਖੋ ਖੂਨ ਨਾਲ ਕਦੀ ਵੀ ਖੂਨ ਨਹੀਂ ਧੁੱਪਦਾ ਹੁੰਦਾ, ਖੂਨ ਵਾਲੇ ਦਾਗ ਪਾਣੀ ਨਾਲ ਹੀ ਧੁੱਪਦੇ ਨੇ, ਸਾਬਣ ਨਾਲ ਧੁੱਪਦੇ ਨੇ, ਖੂਨ ਨਾਲ ਤਾਂ ਖੂਨ ਕਦੀ ਧੁੱਪਦਾ ਨਹੀਂ। ਦੇਖਿਆ ਬੁਰਿਆਈ ਨਾਲ ਬੁਰਿਆਈ ਕਰਕੇ ਕਦੀ ਬੁਰਿਆਈ ਦੂਰ ਨਹੀਂ ਹੁੰਦੀ। ਬੁਰਿਆਈ ਦੇ ਖਤਮ ਕਰਨ ਦਾ ਇੱਕੋ ਤਰੀਕਾ ਹੈ ਕਿ ਵਡਿਆਈ ਜਿੰਨੀ ਕੁ ਨੇਕ ਨੀਤੀ ਨਾਲ ਵਡਿਆਈ ਕਰਦਾ ਹੈ ਉਹਦੀ ਬੁਰਿਆਈ ਜਾਂਦੀ ਹੈ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸ਼ੈ ਤੁੱਠੈ ਨੌਂ ਦਪਾਈਆਂ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕਰਨੇ, ਜੋ ਦਿਨ ਆਪ ਮਨਾਉਣ ਜਾ ਰਹੇ ਹੋ, ਉਹਨਾਂ ਦੀ ਵਡਿਆਈ ਜਿੰਨੀ ਭਾਈ ਆਨੰਦ ਲਾਲ ਸਾਹਿਬ ਕਰ ਗਏ ਕਿਸੇ ਨਹੀਂ ਕਰ ਸਕਣੀ। ਸੱਚ ਇਹ ਦਾਸ ਕਈ ਵਾਰੀ ਕਹਿੰਦਾ, ਜਿੰਨੀ ਜਾਪ ਸਾਹਿਬ ਦੀ ਬਾਣੀ 'ਚ ਗੁਰੂ ਗੋਬਿੰਦ ਸਿੰਘ ਨੇ ਅਕਾਲ ਦੀ ਉਸਤਤ ਕਰਨ 'ਚ ਕਮਾਲ ਕਰ ਦਿੱਤੀ, ਇੰਨੀ ਭਾਈ ਆਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਦੀ ਉਸਤਤ ਕਰਨ ਵਿੱਚ ਕਮਾਲ ਕਰ ਦਿੱਤੀ। ਉਹ ਕੋਈ ਆਮ ਲਾਈ ਲੱਗ ਬੰਦਾ ਨਹੀਂ, ਪੜ੍ਹਿਆ ਲਿਖਿਆ, ਇਹਨਾਂ ਧਰਮਾਂ ਦਾ ਮੁਤਾਲਿਆ। ਉਹਦਾ ਬਾਪ ਵੈਸ਼ਨਵ ਧਰਮ ਨੂੰ ਮੰਨਦੇ ਨੇ ਭਾਈ ਛੱਜੂ ਰਾਮ ਜੀ, ਕਿ ਭਾਈ ਆਨੰਦ ਲਾਲ ਸਾਹਿਬ ਨਹੀਂ ਕੰਠੀ ਭਾਈ ਜੱਦ ਨੂੰ ਪਾਉਣ ਆਇਆ ਉਹਨਾਂ ਦਾ ਵੈਸ਼ਨਵ ਸਾਧੂ, ਉਹਨੇ ਇੱਕੋ ਗੱਲ ਕਿ ਮੈਨੂੰ ਕੰਠੀ ਉਹ ਪਾਈ ਜਿਹੜੀ ਆਤਮਾ ਨਾਲ ਲਿਭਦੀ ਹੋਏ। ਉਹ ਵੀ ਸਿਆਣਾ ਸੀ, ਉਹਨੇ ਕਿਹਾ ਅੱਜ ਨਹੀਂ, ਅਤੇ ਜ਼ਿੰਦਗੀ ਪਲਟੀ ਘਰ ਵਾਲੀ ਦੀ ਸੰਗਤ ਕਰਕੇ। ਘਰ ਵਾਲੀ ਸਿੱਖ ਬੀਬੀ, ਸਿੱਖ ਪਰਿਵਾਰ 'ਚ ਵੀ ਆਏ, ਪਰ ਭਾਈ ਆਨੰਦ ਲਾਲ ਕੋਈ ਐਵੇਂ ਨਹੀਂ ਵੀ ਕਵੀ ਆਇਆ ਰੁਪਈਆਂ ਦੀ ਖਾਤਰ ਆ ਗਿਆ ਅਤੇ ਉਹਨੇ ਸਿਫਤਾਂ ਝੂਠੀਆਂ ਕਰ ਲਾ ਪਿਆ। ਈਵਨ ਕਿ ਜਦੋਂ ਜ਼ਿੰਦਗੀ ਨਾਮਾ ਹਜ਼ੂਰ ਨੇ ਸ਼ੇਰ ਲਿਖਿਆ ਅਤੇ ਹੁਕਮਨਾਮਾ ਲਿਖਿਆ ਮੁਲਤਾਨ ਦੀ ਸੰਗਤ ਭਾਈ ਆਨੰਦ ਲਾਲ ਦੇ ਬੱਚਿਆਂ ਨੂੰ ਦਸਵੰਦ ਦੀ ਮਾਇਆ ਦੇ, ਅਤੇ ਉਸ ਵਕਤ ਕਿਹਾ ਸਤਿਗੁਰੂ ਕਿਰਪਾ ਕਰੀ, ਮੇਰੇ ਵੱਡੇ ਵੀ ਕਲਮ ਦੀ ਕਮਾਈ ਖਾਂਦੇ ਸਨ, ਮੇਰੇ 'ਤੇ ਮਿਹਰ ਕਰੀ, ਮੈਂ ਕਲਮ ਦੀ ਰੋਟੀ ਹੀ ਖਾਂਦਾ ਰਹਾਂ। ਪਰ ਭਾਈ ਸਾਹਿਬ ਨੂੰ ਪੁੱਛੋ ਗੁਰੂ ਗੋਬਿੰਦ ਸਿੰਘ ਦੀ ਸਿਫਤ। ਮੈਂ ਤਾਂ ਕਿਹਾ ਵੀ ਇਦੋਂ ਵੱਡੇ ਸ਼ਿਖਰ ਕੀ ਮਿਲੇਗਾ। ਠੀਕ ਅਸੀਂ ਅੱਲਾ ਯਾਰ ਖਾਂ ਨੂੰ ਬਾਕੀ ਸਾਰੇ ਕਵੀਆਂ ਦਾ ਬੁੱਲੇ ਸ਼ਾਹ ਦਾ ਜ਼ਿਕਰ ਕਰਨੇ ਹਾਂ, ਪਰ ਸੱਚ ਇਹ ਵੇ ਉਸਨੇ ਸ਼ਬਦ ਕਹਿ ਸਨ। ਇਹ ਜਿੰਨਾ ਵੀ ਕਹਿੰਦਾ ਦ੍ਰਿਸ਼ਟਮਾਨ ਮੈਂ ਦੇਖਣਾ, ਮੈਂ ਤਾਂ ਹੀ ਸ਼ਬਦ ਚੁਣਿਆ ਸੀ ਕਿ ਗੁਰ ਪਰਮੇਸ਼ਰ ਰੂਪ ਹੈ। ਉਹ ਕਹਿੰਦੇ ਜੋ ਮੈਂ ਦ੍ਰਿਸ਼ਟਮਾਨ ਦੇਖਣਾ, ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਕਹਿੰਦਾ ਇੱਥੇ ਭਵਰਾ ਫੁੱਲ 'ਤੇ ਬਹਿੰਦਾ,
ਪਤੰਗਾ ਦੀਵੇ 'ਤੇ ਆ ਕੇ ਮੰਡਰਾਉਂਦਾ। ਸੱਚ ਇਵੇਂ ਕਿ ਕੋਇਲ ਕੂਕਦੀ ਏ, ਕਹਿੰਦਾ ਜਿੰਨੇ ਵੀ ਪ੍ਰੇਮ ਦੇ ਗੀਤ ਨੇ ਸਾਰੇ ਪ੍ਰੇਮ ਦੇ ਗੀਤ ਗਾਉਣ ਵਾਲਾ ਗੁਰੂ ਗੋਬਿੰਦ ਸਿੰਘ ਹੈ, ਸਾਰਿਆਂ 'ਚੋਂ ਬੋਲਦਾ ਹੈ। ਇਦੋਂ ਵੱਡੀ ਕੀ ਗੱਲ ਕਹਾਂਗੇ। ਉਹ ਕਹਿੰਦੇ ਨੇ ਸੱਚ ਇਵੇਂ ਕਿ ਦੁਨੀਆ ਵਿੱਚ ਜੇ ਕਿਸੇ ਨੇ ਨਾਮ ਦਾ ਕਿਣਕਾ ਮਾਤਰ ਵੀ ਲੈਣਾ, ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜੋ, ਕਿਉਂਕਿ ਰੱਬ ਨੇ ਆਪਣੀ ਸਪਿਰਿਚੁਅਲਿਟੀ ਦਾ ਖਜ਼ਾਨਚੀ ਗੁਰੂ ਗੋਬਿੰਦ ਸਿੰਘ ਨੂੰ ਬਣਾਇਆ ਹੈ। ਅਸੀਂ ਉਹ ਸਾਰੇ ਸ਼ਬਦ ਪੜ੍ਹਦੇ ਹਾਂ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਹ ਸਿਫਤ ਦਾ ਸ਼ਿਖਰ ਹੈ ਜੀ ਗੁਰੂ ਗੋਬਿੰਦ ਸਿੰਘ ਲਈ। ਇਹਦਾ ਅਰਥ ਗੁਰੂ ਗੋਬਿੰਦ ਸਿੰਘ ਹੋਰਨਾਂ ਦੇ ਮਦਦਗਾਰ ਨੇ, ਨਾਸਰੋ ਮਨਸੂਰ ਦੂਜਿਆਂ ਦੇ ਮਦਦਗਾਰ ਨੇ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ, ਏਜ ਦੀ ਪਰਮਾਤਮਾ ਅੱਲਾ ਰੱਬ ਵਾਹਿਗੁਰੂ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਦੂਜਿਆਂ ਦਾ ਮਦਦਗਾਰ ਹੈ, ਗੁਰੂ ਗੋਬਿੰਦ ਸਿੰਘ ਦਾ ਮਦਦਗਾਰ ਵਾਹਿਗੁਰੂ ਹੈ। ਅਗਲਾ ਬਚਨ ਹੱਕ ਰਾਗ ਗੰਜੂਰ, ਲਫ਼ਜ਼ ਤਾਂ ਗਾਂਝੀ ਗੰਜ ਦਰ ਤੇ ਖਜ਼ਾਨਾ, ਗੰਜੂਰ ਦਰ ਤੇ ਖਜ਼ਾਨਚੀ। ਹੱਕ ਰਾਗ ਗੰਜੂਰ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਸੱਚ ਦੇ ਖਜ਼ਾਨਚੀ ਨੇ। ਉਹਨਾਂ ਦੇ ਹੱਥ ਦੀ ਚਾਬੀ ਉਹ ਕਬਾੜ ਖੋਲ੍ਹ ਦੇਣ ਅਤੇ ਬੰਦੇ ਨੂੰ ਭਰ ਦਿੰਦੇ ਨੇ। ਚਲੋ ਇੱਕ ਘਟਨਾ ਮੈਂ ਕਹਿ ਕੇ ਅੱਗੇ ਵੀ ਮੈਂ ਕਥਾ ਕਰਨੀ, ਇੱਕ ਚੌਥੀ ਕਥਾ ਹੈ, ਪੰਜ ਨੂੰ ਆਪਾਂ ਟਾਈਮ ਸਤਿਗੁਰੂ ਕਿਰਪਾ ਕਰੇ ਵੱਧ ਲਾਂਗੇ। ਇੱਕ ਘਟਨਾ ਹਜ਼ੂਰ ਦੇ ਜੀਵਨ 'ਚ ਆਉਂਦੀ। ਕਵੀ ਦਰਬਾਰ ਸਜੇ, ਸੰਗਤ ਬਹੁਤ ਗਿਣਤੀ ਚਾਹੀਏ, ਅਤੇ ਇਹ ਇਕੱਲੀ ਹੱਡ ਕਹਾਣੀ ਨਹੀਂ, ਹੱਡ ਬੀਤੀ ਉਹ ਸੱਜਣ ਦੀ। ਅਤੇ ਇੱਕ ਪਾਟੇ ਜੇ ਕੱਪੜੇ ਵਾਲਾ ਸੱਜਣ ਹੁੰਦਾ, ਅਰਕਾਂ ਉਹਦੀਆਂ 'ਤੇ ਟਾਕੀਆਂ ਲੱਗੀਆਂ ਨੇ, ਗਰੀਬੀ ਬੜੀ ਹੈ। ਗੋਡੇ ਉਹਨੇ ਜਿਹੜੇ ਵਸਤਰ ਪਾਇਆ ਉਹ ਵੀ ਪੱਟ ਹੈ, ਆਮ ਸਾਦੀ ਜੀ ਪਗੜੀ ਬੰਨੀ ਹੈ। ਉਹ ਲੰਘਦਾ ਲੰਘਦਾ ਦਰਬਾਰ ਵਿੱਚ ਉੱਥੇ ਆ ਪਹੁੰਚਦਾ ਜਿੱਥੇ ਸਿੱਖ ਟਾਈਮ ਤਕਸੀਮ ਕਰ ਰਹੇ, ਜਿਵੇਂ ਆਪਾਂ ਟਾਈਮ ਵੰਡਨੇ, ਜਿਹੜਾ ਕਵੀਆਂ ਦੇ ਨਾਮ ਬੋਲਦਾ। ਉਹ ਆ ਕੇ ਕਹਿੰਦਾ ਹੈ ਕਿ ਮੈਂ ਕਵੀ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਕਵਿਤਾ ਸੁਣਾਉਣੀ ਚਾਹੁੰਦਾ। ਉਹ ਪਹਿਲਾਂ ਉਹਦੇ ਵਸਤਰ ਦੇਖਦਾ, ਉਹਦੇ ਲਿਬਾਸ ਨੂੰ ਦੇਖਦਾ, ਪਰ ਅੰਦਰ ਉਹਦੇ ਪੱਕੀ ਗੱਲ ਉਹ ਧੱਕਾ ਨਹੀਂ ਮਾਰਦਾ। ਚੇਤੇ ਰੱਖਿਓ, ਲਿਸ਼ਕਦੇ ਪੁਸ਼ਕਦੇ ਕੱਪੜੇ ਚੋਲੇ ਦੇਖ ਕੇ ਬਿਲਕੁਲ ਰੂਹਾਨੀਅਤ ਦੀ ਵਿਆਖਿਆ ਨਾ ਕਰਿਓ। ਮੈਂ ਤਾਂ ਕਹਿੰਦਾ ਦਰਬਾਰ ਸਾਹਿਬ ਜਦੋਂ ਜਾਈਦਾ, ਜਿਹਦੇ ਕੱਪੜੇ ਕਿਤੇ ਭਰੇ ਪਏ ਨੇ ਭਾਂਡੇ ਮਾਂਝ ਮਾਂਝ ਕੇ, ਚੇਤੇ ਰੱਖਿਓ ਉਹਦੇ ਵਿੱਚ ਗੁਰੂ ਰਾਮਦਾਸ ਦੀ ਕਿਰਪਾ ਵਰਦੀ ਹੁੰਦੀ। ਅਸੀਂ ਕੱਪੜੇ ਵੇਖ ਕੇ ਧਰਮ ਦੇ ਅਰਥ ਕਰਨੇ, ਬਾਬਾ ਜੀ ਬੜਾ ਸਮਾਂ ਪਹਿਲਾਂ ਇਹ ਸਾਰੀ ਗੱਲ ਕਹਿ ਗਏ, ਅੰਦਰੋਂ ਝੂਠੇ ਪੈਜ ਬਾਰ ਦੁਨੀਆ ਅੰਦਰ ਫੈਲ, ਅੜਸਰ ਦੀ ਜੇ ਨਾਮ ਹੈ ਉਤਰਾ ਨਾਹੀਂ ਮੈਲ। ਅਗਲਾ ਬਚਨ ਸੀ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ ਰੋਖੋ ਰੁਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੂਖ ਵਿਹਾਰ। ਆ ਕਾਹਦੀ ਤੁਲਨਾ ਜੀ ਦੌਲਤ, ਦੌਲਤ ਨਾਲ, ਬਾਹਰ ਦੀਆਂ ਵਡਿਆਈਆਂ ਨਾਲ ਮਤ ਤੁਲਨਾ ਕਰੋ ਬੰਦੇ ਦੀ ਗੁਰੂ ਦੀ ਕਿਰਪਾ ਦੀ, ਕਿਉਂਕਿ ਅਸੀਂ ਸੁਣਾਇਆ ਹੀ ਇਹ ਵੇ ਤੂੰ ਸਿਮਰਨ ਕਰੇਗਾ ਤੈਨੂੰ ਪੁੱਤਰ ਮਿਲੇਗਾ, ਸਿਮਰਨ ਕਰੇਗਾ ਪੈਸਾ ਮਿਲੇਗਾ। ਗੁਰੂ ਕਹਿੰਦਾ ਤੂੰ ਸਿਮਰਨ ਕਰੇਗਾ ਪੁੱਤਰ ਦੀ ਅਰਥੀ ਵੀ ਚੁੱਕੇਗਾ ਤਾਂ ਵੀ ਸ਼ੁਕਰਾਨਾ ਕਰੇਗਾ। ਅਸੀਂ ਇੱਕ ਪਾਸਾ ਰੱਖ, ਤਾਂ ਹੀ ਤਾਂ ਬੰਦੇ ਭੱਜਦੇ ਆ ਗੁਰਦੁਆਰੇ, ਅਸੀਂ ਆਹ ਕੀਤਾ ਉਹਨੂੰ ਪਹਿਲਾਂ ਦੱਸੋ, ਕਿਉਂਕਿ ਬਾਬਾ ਜੀ ਨੇ ਤਾਂ ਕਿਹਾ ਮੇਰੇ ਘਰ ਦੇ ਬੂਹੇ ਅੱਗੇ ਲਿਖਿਆ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਅਸੀਂ ਉਹਨੂੰ ਕਹਿੰਦੇ ਹਾਂ ਤੈਨੂੰ ਆਹ ਕੁਛ ਮਿਲੇ, ਇਹ 'ਚ ਕੋਈ ਸ਼ੱਕ ਨਹੀਂ, ਜਿੱਤੜੇ ਫਲ ਮਨ ਬਾਂਚੀਏ ਤਿੱਤੜੇ ਸਤਿਗੁਰ ਪਾਸ, ਪਰ ਦੂਜਾ ਪੱਖ ਵੀ ਜ਼ਿੰਦਗੀ ਦਾ ਜ਼ਰੂਰ ਰੱਖੋ ਕਿ ਸਿੱਖੀ ਦਾ ਅੰਦਰ ਕੀ ਹੈ। ਭਾਈ ਸਾਹਿਬ ਲਿਖਿਆ ਸੀ ਰਾਣਾ ਸੂਰਤ ਸਿੰਘ, ਭਾਈ ਵੀਰ ਸਿੰਘ ਦਾ, ਉਹ ਕਹਿੰਦੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਾਦੀ ਰੱਖਣਾ। ਸੁਰਤ ਦੀ ਬਲਵਾਨਤਾ ਦਾ ਨਾਮ ਸਿੱਖੀ ਹੈ, ਸਰੀਰ ਦੀ ਬਲਵਾਨਤਾ ਦਾ ਨਾਮ ਨਹੀਂ। ਸਰੀਰ ਤਾਂ ਦੁਨੀ ਚੰਦ ਦਾ ਵੀ ਐਡਾ ਮੋਟਾ ਸੀ, ਪਰ ਸੁਰਤ ਬਚਿੱਤਰ ਸਿੰਘ ਦੀ ਬੜੀ ਉੱਚੀ ਸੀ। ਉਹਨੇ ਦੇਖੇ ਕੱਪੜੇ ਵੀ, ਕਵੀ ਦੇ ਕੱਪੜੇ ਪਾਟੇ ਜਾਂ ਅਰਕਾਂ ਤੋਂ ਵੀ ਪਾਟੇ, ਗੋਡਿਆਂ ਤੋਂ ਵੀ, ਮੈਂ ਬੜੇ ਪੇਂਡੂ ਸ਼ਬਦ ਆਪਣੇ ਵਰਤਣਾ। ਉਹਨੇ ਕਿਹਾ ਵੀ ਮੈਂ ਕਵਿਤਾ ਸੁਣਾਉਣੀ ਹੈ। ਟਾਈਮ ਵੰਡਣ ਵਾਲੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਮਹਾਰਾਜ ਸੱਚੇ ਪਾਤਸ਼ਾਹ, ਇਹ ਕਹਿੰਦੇ ਨੇ ਮੈਂ ਕਵੀ ਹਾਂ ਕਵਿਤਾ ਸੁਣਾਉਣੀ। ਹਜ਼ੂਰ ਨੇ ਦੇਖਿਆ, ਕਹਿਣ ਲੱਗੇ ਜ਼ਰੂਰ ਟਾਈਮ ਦਿਓ। ਪਤਾ ਨਹੀਂ ਕਿਸ ਗੋਦੜੀ ਦੇ ਵਿੱਚ ਲਾਲ ਲੁਕਿਆ ਹੋਵੇ। ਲੋਕਾਂ ਸਾਹਮਣੇ ਤਾਂ ਰਵਿਦਾਸ ਦੇ ਕੱਪੜਿਆਂ 'ਤੇ ਮਰੇ ਪਸ਼ੂਆਂ ਦੀ ਚਰਬੀ ਨਹੀਂ ਸੀ ਡਿੱਗਦੀ,
ਜਦੋਂ ਪਸ਼ੂ ਦਾ ਚਮੜਾ ਕੱਟਦੇ ਨੇ, ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤੈ ਬਰਾਸ ਬਨਾਰਸੀ ਆਸ ਪਾਸਾ, ਕਾਹਦੀ ਸੁੱਚਮਤਾ, ਉਹਦੇ ਸਾਰੇ ਕੱਪੜੇ ਚਰਬੀ ਨਾਲ ਭਿੱਜੇ ਪਏ ਨੇ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਦੇਖਿਓ ਪਸ਼ੂਆਂ ਦੀ ਚਰਬੀ ਦੇਖ ਕੇ ਮਤ ਅਰਥ ਕਰਨ ਲੱਗ ਪਏ, ਭਗਤ ਨਹੀਂ ਜਿਉਂਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਉਹਦੇ ਕੱਪੜੇ ਦੇਖ ਕੇ ਕੋਈ ਨਫ਼ਰਤ ਨਹੀਂ ਕੀਤੀ। ਜਦੋਂ ਸਾਰੇ ਕਵੀ ਭੁਗਤ ਗਏ, ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਸਿੱਖ ਨੇ ਇਹ ਅਨਾਊਂਸ ਕੀਤਾ ਸੰਗਤ 'ਚ ਕਿ ਸਾਧ ਸੰਗਤ ਅੱਜ ਇੱਕ ਨਵੇਂ ਕਵੀ ਆਏ ਨੇ, ਉਹ ਆਪ ਜੀ ਨੂੰ ਆਪਣੀ ਕਵਿਤਾ ਸੁਣਾਉਣਗੇ। ਉਹ ਸਤਿਗੁਰਾਂ ਦੇ ਚਰਨਾਂ 'ਚ ਉੱਠ ਕੇ ਆਇਆ, ਕਾਗਜ਼ ਉਹਨੇ ਕੋਈ ਨਹੀਂ ਪਕੜਿਆ, ਮਹਾਰਾਜ ਦੇ ਸਾਹਮਣੇ ਖਲੋ ਕੇ ਉਹ ਬੈਠਕਾਂ ਮਾਰਨ ਲੱਗ ਪਿਆ। ਜਿਵੇਂ ਪਹਿਲਵਾਨ ਨਹੀਂ ਮਾਰਦੇ, ਬੈਠਕਾਂ ਮਾਰੇ, ਫਿਰ ਪੱਟਾਂ 'ਤੇ ਹੱਥ ਮਾਰੇ, ਥਾਪੜੇ ਮਾਰੇ, ਡੌਲਿਆਂ 'ਤੇ ਮਾਰੇ ਹੱਥ, ਹੈ ਅਕਹਿਰੇ ਜੇ ਸਰੀਰ ਦਾ ਸੀ। ਸਿੱਖ ਸੋਚਦੇ ਨੇ ਇਹ ਪਹਿਲਵਾਨ ਤਾਂ ਲੱਗਦਾ ਕੋਈ ਨਹੀਂ, ਹਰਕਤਾਂ ਪਹਿਲਵਾਨ ਵਾਲੀਆਂ ਕਰਦਾ, ਮਾਰਚੂ ਜਿਹਾ ਹੈ। ਇੱਕ ਨੇ ਜਾ ਕੇ ਮੋਢਿਆਂ ਤੋਂ ਪਕੜ ਕੇ ਕਿਹਾ ਵੀ ਕਵੀ ਹੋ ਕੇ ਮੱਲ ਅਖਾੜੇ ਵਿੱਚ ਲੜਨ ਵਾਲੇ ਹੋ? ਕਹਿੰਦਾ ਮੈਂ ਕਵੀ ਹਾਂ। ਉਸ ਬੰਦੇ ਦੀ ਗੱਲ 'ਚ ਦਮ ਸੀ। ਉਹਨੇ ਕਿਹਾ ਜੇ ਕਵੀ ਹੋ, ਸੰਗਤ ਸੁਣ ਰਹੀ, ਅਤੇ ਇਹ ਐਕਸ਼ਨ, ਇਹ ਤੁਸੀਂ ਸਰੀਰ ਦੀ ਮੁਦਰਾ ਕਿਉਂ ਬਣਾ ਰਹੇ ਹੋ? ਉਹਨੇ ਹੱਥ ਅਰਕ ਕੱਢ ਕੇ ਕਿਹਾ ਰੱਬ ਨੇ ਗੁਣ ਦਿੱਤਾ ਪਰ ਰੋਟੀ ਨਹੀਂ ਸੀ ਮਿਲੀ ਅਜੇ, ਮੇਰੇ ਕੱਪੜੇ, ਮੇਰੀ ਕੰਗਾਲਤਾ, ਮੇਰੀ ਗਰੀਬੀ, ਮੈਂ ਬੜੀਆਂ ਥਾਵਾਂ 'ਤੇ ਗਿਆ, ਮੇਰੇ ਗੁਣ ਨੂੰ ਲੋਕਾਂ ਨੇ ਮਜ਼ਾਕ ਉਡਾਇਆ, ਅੱਜ ਜਦੋਂ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਦੇਖੇ, ਇਹ ਬੈਠਕਾਂ, ਇਹ ਥਾਪੜੇ, ਇਹ ਡੌਲਿਆਂ 'ਤੇ ਹੱਥ, ਮੈਂ ਗਰੀਬੀ ਨੂੰ ਮਾਰ ਕੇ ਕਹਿੰਦਾ ਕਿ ਮੇਰੇ ਬੱਚਿਆਂ ਦੇ ਮੂੰਹ 'ਚ ਰੋਟੀ ਨਹੀਂ ਤੂੰ ਪੈਣ ਦਿੱਤੀ, ਆ ਅੱਜ ਮੈਂ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਆਇਆ, ਦਾਨਾਂ ਦੇ ਤੀਰ ਮਾਰ ਮਾਰ ਕੇ ਤੈਨੂੰ ਛਲਨੀ ਛਲਨੀ ਕਰ ਦੇਵੇਗਾ। ਹਜ਼ੂਰ ਨੇ ਸੁਣਿਆ ਸ਼ਬਦ, ਕਿਆ ਪ੍ਰੋਫੈਸਰ ਪਦਮ ਲਿਖਦਾ ਹੈ, ਇੱਕੋ ਗੱਲ ਕਿ ਜਿੰਨਾ ਇਹਦਾ ਭਾਰ ਇਹ ਤੋਲ ਕੇ ਸੋਨਾ ਦੇ ਦਿਓ, ਗੁਰੂ ਘਰ 'ਚ ਆਇਆ ਹੈ। ਉਹਨੇ ਕਵਿਤਾ ਲਿਖੀ ਜੀ ਉੱਥੇ, ਉਹ ਕਵਿਤਾ ਹੈ ਦਰਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ, ਦਰਿਦਰਤਾ ਕੰਗਾਲਤਾ ਤੇਰੀ ਅੱਜ ਮੌਤ ਹੋਵੇਗੀ। ਦਰਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ, ਕਰ ਕੇ ਸਲਾਮ ਹੋਜੋ ਕਵੀ ਹੀਰ ਸੋ। ਉਹਦਾ ਨਾਮ ਸੀ ਹੀਰ। ਜੇ ਸਾਰੇ ਕਵੀਆਂ ਦੀ ਡਿਟੇਲ ਪੜ੍ਹਨੀ ਹੋਵੇ ਪਦਮ ਸਾਹਿਬ ਦੀ ਕਿਤਾਬ ਜੀ ਦਰਬਾਰੀ ਰਤਨ, ਉਹ ਪੜ੍ਹਨ ਵਾਲੀ ਹੈ, ਫਿਰ ਪਤਾ ਲੱਗਦਾ ਗੁਰੂ ਗੋਬਿੰਦ ਸਿੰਘ ਦੇ ਘਰ ਦੀ ਵਿਦਵਤਾ ਕੀ ਹੈ। ਹੁਣ ਤਾਂ ਸਾਡੀ ਵਿਦਵਤਾ ਗਾਲਾਂ ਕੱਢ ਲਓ, ਅਤੇ ਆਪੋ ਆਪਣੇ ਧੜੇ ਦੇ ਬੰਦੇ ਬੈਠੇ ਹੁੰਦੇ ਨੇ, ਆਪੋ ਆਪਣਾ ਕਥਾਵਾਚਕ ਹੁੰਦਾ, ਆਪਣਾ ਕੀਰਤਨੀਆ ਹੁੰਦਾ, ਬਾਹਰ ਜਾ ਕੇ ਫੂ ਪਖਾ ਸ਼ਿਕਾ ਕੇ, ਤੇਰੇ ਵਰਗਾ ਸੱਚ ਕਿਸੇ ਨੇ ਬੋਲਣਾ, ਤੂੰ ਹੀ ਬੋਲ ਚੱਲਿਆ, ਮੈਨੂੰ ਬਖਸ਼ ਦਿਆ ਜੇ, ਆਹ ਹੀ ਸਾਡੀ ਕਥਾ ਹੈ। ਉਹ ਕਦੀ ਬਿਹਾਰੀ ਦੀ ਕਵਿਤਾ ਪੜ੍ਹੀ ਮੈਂ, ਕਮਾਲ ਕਰ ਦਿੱਤੀ ਉਹ ਬੰਦੇ ਨੇ। ਪਰ ਮੈਂ ਕਹਾਂਗਾ ਉਹ ਕਵੀ ਹੀਰ ਕਹਿੰਦਾ ਦਰਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ, ਕਰਕੇ ਸਲਾਮ ਖੂਜੋ ਕਵੀ ਹੀਰ ਸੋ, ਨਤਰ ਗੋਬਿੰਦ ਸਿੰਘ ਵਿਲਕ ਕਰੇਂਗੇ ਤੋ ਟੂਕ ਟੂਕ ਗੱਡ ਹੈ ਮਨ ਹੈ ਦਾਨਨ ਕੇ ਤੀਰ ਸੋ। ਗੁਰੂ ਗੋਬਿੰਦ ਸਿੰਘ ਤੈਨੂੰ ਤੀਰਾਂ ਨਾਲ ਵਿੰਨ ਦੇਣਗੇ। ਮੈਂ ਬੇਨਤੀ ਕਰਾਂਗਾ ਇੰਨੀ ਕੁ ਸਿਫਤ ਕਰ ਮਣਾ, ਗੁਰੂ ਗੋਬਿੰਦ ਸਿੰਘ ਜਰਨੈਲ ਨਹੀਂ। ਇਹੀ ਗੱਲ ਮੈਂ ਦਿੱਲੀ ਵੀ ਕਈ ਇੱਕ ਸੱਜਣ ਬੋਲਣ ਲੱਗਾ ਗੁਰੂ ਤੇਗ ਬਹਾਦਰ ਬਾਰੇ, ਵੋ ਤੋ ਰਾਸ਼ਟਰ ਕੇ ਨਿਰਮਾਤਾ ਹੈ। ਮੈਂ ਕਿਹਾ ਝੂਠ, ਗੁਰੂ ਨੂੰ ਰਾਸ਼ਟਰ 'ਚ ਨਹੀਂ ਬੰਨੀਦਾ ਹੁੰਦਾ, ਗੁਰੂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਇੱਕ ਧਰਤੀ ਤੱਕ ਸੀਮਤ ਕਰਾਂਗੇ? ਕਦਾਚਿਤ ਨਹੀਂ। ਭਾਈ ਆਨੰਦ ਲਾਲ ਸਾਹਿਬ ਲਿਖਦੇ ਨੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾਹ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ, ਅਗਾਂਹ ਲਫਜ਼ ਆਪਾਂ ਜਾਣਦੇ ਹਾਂ ਜਾਣੂ ਭੇਦੂ, ਸੱਚ ਦਾ ਜਾਣਕਾਰ ਹੈ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਉਹਦੇ 'ਚ ਲਿਖਿਆ ਹੱਕ ਰਾਹ ਮਹਿਬੂਬ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਮਹਿਬੂਬ ਹੈ ਸੱਚ ਦਾ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ, ਆਪੇ ਆਸ਼ਕ ਅਤੇ ਆਪੇ ਮਸ਼ੂਕ ਹੈ ਗੁਰੂ ਗੋਬਿੰਦ ਸਿੰਘ। ਇਹਦਾ ਭਾਵ ਅਰਥ ਆਪੇ ਗੁਰ ਚੇਲਾ ਹੈ ਆਪੇ, ਉੱਥੇ ਅਰਥ ਹੱਕ ਰਾਹ ਮਹਿਬੂਬ ਗੁਰੂ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਸੱਚ ਦਾ ਸ਼ੀਸ਼ਾ ਹੈ ਗੁਰੂ ਗੋਬਿੰਦ ਸਿੰਘ, ਖਾਲਸੋ ਸ਼ੁੱਧ ਹੈ ਬੇਕਿੰਨਾ ਸਾੜਾ ਨਹੀਂ ਕਿਸੇ ਨਾਲ ਰੱਖਦਾ ਗੁਰੂ ਗੋਬਿੰਦ ਸਿੰਘ, ਕਿੰਨੇ ਤੋਂ ਰਹਿਤ ਹੈ। ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕਿੰਨਾ ਗੁਰੂ ਗੋਬਿੰਦ ਸਿੰਘ,
ਕਾਦਰੇ ਹਰਕਾਰ ਏਡੂ ਵੱਡੀ ਕਿਹੜੀ ਕਿਹੜੇ ਪ੍ਰਮਾਣ ਲਿਆਵਾਂਗੇ। ਕਾਦਰੇ ਹਰਕਾਰ ਦਰ ਤੇ ਜਿੰਨੀ ਦੁਨੀਆਂ ਦੀ ਕਾਰ ਹੈ, ਹਰ ਕਾਰ ਦਾ ਰਚਇਤਾ ਗੁਰੂ ਗੋਬਿੰਦ ਸਿੰਘ ਹੈ। ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ, ਗੁਰੂ ਗੋਬਿੰਦ ਸਿੰਘ ਕਿਹਦਾ ਕੋਈ ਯਾਰ ਨਹੀਂ, ਉਹਨਾਂ ਦਾ ਯਾਰ ਹੈ ਗੁਰੂ ਗੋਬਿੰਦ ਸਿੰਘ। ਉਸ ਗੁਰੂ ਗੋਬਿੰਦ ਸਿੰਘ ਨੂੰ ਆਪ ਜੀ ਯਾਦ ਕਰਨ ਬੈਠੇ ਹੋ। ਮੈਂ ਅੱਜ ਸ਼ੁਰੂਆਤ ਕੀਤੀ, ਪਰਸੋਂ ਇਹਦੀ ਡਿਟੇਲ ਨਾਲ ਬੇਨਤੀ ਕਰਾਂਗਾ। ਜਿੱਦਣ ਪੁਰਬ ਹੈ ਆ ਮਨਾ ਰਹੇ ਹੋ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਬੜੇ ਸਮਰੱਥ ਨੇ, ਉਹਨਾਂ ਦੀ ਰੂਹਾਨੀਅਤ ਦਾ ਕੋਈ ਪਾਰਾਵਾਰ ਨਹੀਂ। ਮੈਂ ਤਾਂ ਹੀ ਕਹਿੰਦਾ ਕਿ ਸਵੱਈਏ ਪੜ੍ਹਨੇ ਆ। ਮੈਂ ਉਸ ਦਿਨ ਅਰਜ਼ ਕਰਾਂਗਾ, ਚਾਹੇ ਧਾਰਮਿਕ ਏ, ਚਾਹੇ ਸਿਆਸੀ ਏ, ਅਤੇ ਚਾਹੇ ਬਾਹੂਬਲੀ ਏ, ਗੁਰੂ ਕਹਿੰਦਾ ਜਿਸ ਪੱਲੇ ਸਿਮਰਨ ਨਹੀਂ ਉਹਦੀ ਕੀਮਤ ਧੇਲੇ ਜਿੰਨੀ ਨੇ। ਸ਼ੁੱਧ ਸਿਪਾਹ ਦੁਰੰਤ ਦੁਬਾਹ, ਇਹ ਸੂਰਮੇ ਨੇ। ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਇਹ ਸਾਰੇ ਸੰਤ ਮਹਿਕਮਾ, ਅਤੇ ਚੇਤੇ ਰੱਖਿਓ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਸਾਰੇ ਰਾਜਨੀਤਿਕ ਨੇ। ਇਹਦੇ ਅਰਥ ਹੀ ਕਰਾਂਗੇ। ਉਸ ਦਿਨ ਮੈਂ ਇਸ ਸੰਬੰਧੀ ਬੇਨਤੀ ਕਰਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ।